ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਭਾਵਨਾ ਵਰਮਾ ਫਰੋਮ ਵਿਨੀਅਰ ਇੰਗਲਿਸ਼ ਅੱਜ ਸਾਡੇ ਸਟੂਡੈਂਟ ਇਰਨਜੋਤ ਕੌਰ ਦਾ ਰਿਜ਼ਲਟ ਆਇਆ ਹੈ ਆਇਲਸ ਦਾ ਐਂਡ ਵੀ ਆਰ ਗੋਇੰਗ ਟੂ ਟਾਕ ਵਿਦ ਹਰ ਕਿ ਉਹਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਹੈ ਵਿਦ ਵਿਨੀਅਰ ਇੰਗਲਿਸ਼ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਬੇਟਾ ਤੁਹਾਡਾ ਵਿਨੀਅਰ ਇੰਗਲਿਸ਼ ਨੂੰ ਸਤਿ ਸ਼੍ਰੀ ਅਕਾਲ ਜੀ ਮਾਈ ਨੇਮ ਇਜ਼ ਇਰਨਜੋਤ ਕੌਰ ਐਂਡ ਆਇਮ ਫਰੋਮ ਵਿਲੇਜ ਸਿਚਰਾੜੀ ਮੇਰਾ ਐਕਸਪੀਰੀਅੰਸ ਵਿਨੀਅਰ ਇੰਗਲਿਸ਼ ਨਾਲ ਬਹੁਤ ਜ਼ਿਆਦਾ ਵਧੀਆ ਰਿਹਾ ਮੈਂ ਜਗਰਾਉਂ ਵਿੱਚ ਬਹੁਤ ਜ਼ਿਆਦਾ ਇੰਸਟੀਟਿਊਟ ਦੇ ਵਿੱਚ ਵਿਜ਼ਿਟ ਕੀਤਾ ਬਟ ਮੈਨੂੰ ਕਿਤੋਂ ਵੀ ਸੈਟੀਸਫੈਕਸ਼ਨ ਨਹੀਂ ਹੋਈ ਬਟ ਜਦੋਂ ਮੈਂ ਇੱਥੇ ਆਈ ਭਾਵਨਾ ਮੈਮ ਨਾਲ ਕੰਸਲਟ ਕੀਤਾ ਤਾਂ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਵਧੀਆ ਗਾਈਡ ਕੀਤਾ ਜਿੱਦਾਂ ਮੇਰੇ ਇਸ਼ੂ ਸੀ ਰੀਡਿੰਗ ਦੇ ਵਿੱਚ ਤਾਂ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਹੈਲਪ ਕੀਤੀ ਅਤੇ ਮੇਰਾ ਉਹ ਇਸ਼ੂ ਵੀ ਸੋਲਵ ਕੀਤਾ ਤਾਂ ਅੱਜ ਸਾਰਿਆਂ ਦੀ ਹੈਲਪ ਨਾਲ ਮੈਂ ਆਪਣੇ ਡਿਜ਼ਾਇਰ ਪੈਰੈਂਟਸ ਕੋਲ ਅਚੀਵ ਕੀਤੇ ਕੁਆਲਿਟੀ ਐਜੂਕੇਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਨਵਾਇਰਮੈਂਟ ਕਿਹੋ ਜਿਹਾ ਰਿਹਾ ਇੱਥੇ ਤੁਹਾਨੂੰ ਐਜੂਕੇਸ਼ਨ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਸਾਰੇ ਟੀਚਰਸ ਬਹੁਤ ਜ਼ਿਆਦਾ ਸਪੋਰਟਿਵ ਨੇ ਭਾਵਨਾ ਮੈਮ ਬਹੁਤ ਜ਼ਿਆਦਾ ਹੈਲਪ ਕਰਦੇ ਆ ਇਸ਼ੂ ਸੋਲਵ ਕਰਨ ਵਿੱਚ ਔਰ ਇਨਵਾਇਰਮੈਂਟ ਸਪੈਸ਼ਲੀ ਗਰਲਸ ਲਈ ਬਹੁਤ ਜ਼ਿਆਦਾ ਸੇਫ ਆ ਔਰ ਮਟੀਰੀਅਲ ਵੀ ਇੱਥੇ ਰੋਜ਼ ਫਰੈਸ਼ ਮਿਲਦਾ ਇਗਜ਼ਾਮ ਕਲਾਸ ਬਾਰੇ ਕੀ ਕਹਿਣਾ ਚਾਹੁੰਦੇ ਇਗਜ਼ਾਮ ਕਲਾਸ ਬਹੁਤ ਹੈਲਪਫੁਲ ਰਹੀ ਮੇਰੇ ਲਈ ਜਿੱਦਾਂ ਉੱਥੇ ਵੀ ਬਹੁਤ ਜ਼ਿਆਦਾ ਵਧੀਆ ਹੈਲਪ ਕੀਤੀ ਸਾਰਿਆਂ ਨੇ ਮਟੀਰੀਅਲ ਬਹੁਤ ਜ਼ਿਆਦਾ ਵਧੀਆ ਮਿਲਦਾ ਸੀ ਔਰ ਸਪੈਸ਼ਲੀ ਇਗਜ਼ਾਮ ਕਲਾਸ ਦੇ ਵਿੱਚ ਜਿਹੜੀ ਮੈਂ ਰੀਡਿੰਗ ਕੀਤੀ ਸੀ ਉਹਦੇ ਵਿੱਚ ਇੱਕ ਪੈਸੇਜ ਮੈਨੂੰ ਇਗਜ਼ਾਮ ਵਿੱਚ ਵੀ ਆਇਆ ਤਾਂ ਉਹ ਮੇਰੇ ਲਈ ਬਹੁਤ ਹੈਲਪਫੁਲ ਸੀ ਥੈਂਕ ਯੂ ਸੋ ਮੱਚ ਆਈ ਰੈਕਮੈਂਡ ਕਿ ਜਿਨ੍ਹਾਂ ਦੇ ਇਗਜ਼ਾਮ ਕਲੀਅਰ ਨਹੀਂ ਹੋ ਰਿਹਾ ਹੈ ਬਾਰ ਬਾਰ ਤੁਸੀਂ ਇਗਜ਼ਾਮ ਦੇ ਕੇ ਥੱਕ ਚੁੱਕੇ ਹੋ ਪਲੀਜ਼ ਇੱਕ ਵਾਰੀ ਸਾਨੂੰ ਵਿਜ਼ਿਟ ਕਰੋ ਸੋ ਦੈਟ ਵੀ ਕੈਨ ਹੈਲਪ ਯੂ ਆਊਟ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ